ਗੁੱਜਰ ਮਲੋੜ ਬਲਾਵਰੀ ਬਲਾਵਰੀ ਛੰਨਾ 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 ਦਾ 5-7 ਰੁਪਏ ਇਕੱਠੇ ਹੀ ਛੰਨਾ ਹੀ ਨਾਮ ਉਹ ਇਹ ਕੋਠੇ ਹਨ ਛੰਨਾ ਦੇ ਕੋਠੇ ਹਨ ਛੋਟੇ ਜੇ ਨਹੀਂ ਨਹੀਂ ਚਾਰ ਘਰ ਇੱਥੇ ਪੈ ਗਏ ਅੱਗੇ ਪੈ ਗਏ ਚਾਰ ਹਾਂਜੀ ਹਾਂਜੀ ਅਸਾਂ ਡੇਰੇ ਹਾਂ ਡੇਰੇ ਹਾਂ ਉਹ ਪੈ ਗਈ ਕਿ ਚੇਚਿਆਂ ਦੀ ਛੰਨ ਚੇਚਿਆਂ ਦੀ ਛੰਨ ਗੋਰਸਿਆਂ ਦੀ ਗੋਰਸਿਆਂ ਦੀ ਛੰਨ ਸ਼ਾਰਿਆਂ ਦੀ ਸ਼ਾਰਿਆਂ ਦੀ ਢੀਂਡਿਆਂ ਦੀ ਢੀਂਡਿਆਂ ਦੀ ਤੇ ਠੀਕਰੀਆਂ ਦੀ ਠੀਕਰੀਆਂ ਦੀ ਤੇ ਘਰ ਕਾਲਿਆਂ ਦੀ ਜ਼ਮੀਨ ਰੋਈ ਸੀ ਜਾਂ ਮੈਰਾ ਸੀ ਨਹੀਂ ਕਣਕ ਤੇ ਵਾਜਾ ਪੁੱਜਦਾ ਕਣਕ ਸਹੀ ਹੁੰਦੀ ਬੜੀ ਮੁੰਜੀ ਵਗੈਰਾ ਨੀ ਸੀ ਨਹੀਂ ਨਾ ਮੁੰਜੀ ਦਾ ਗਾਇ ਨੀ ਸ਼ਿਦਾ ਦੇ ਨਾ ਪਾਣੀ ਦਾ ਕੋਈ ਬੰਦੋਬਸਤ ਨਹੀਂ ਨਹੀਂ ਨਾ ਤੇ ਕੋਈ ਬੰਦੋਬਸਤ ਨਹੀਂ ਸਾਰੀ ਜ਼ਮੀਨ ਜਿਹੜੀ ਆ ਬਰਾਨੀ ਸੀ ਹੈ ਬਰਾਨੀ ਦਾ ਠੀਕ ਹੈ ਤੇ ਕੋਈ ਖੂਹ ਵਗੈਰਾ ਨਹੀਂ ਕੱਢੇ ਲੋਕਾਂ ਨੇ ਤੇ ਉਹ ਖੂਹ ਇੱਕ ਖੂਹ ਸੀ 110,000 ਲੱਗ ਪੈਂਦੀ 200 ਫੁੱਟ ਤੋਂ ਉੱਪਰ ਸੀ ਅੱਛਾ 200 ਫੁੱਟ ਥੱਲੇ ਜਾਣਾ ਪੈਂਦਾ ਸੀ ਪਾਣੀ ਕੱਢਣ ਵਾਸਤੇ ਬਿਲਕੁਲ ਬਿਲਕੁਲ ਇੰਨਾ ਵੱਡਾ ਖੂਹ ਹੀ ਹਾਂ ਤੇ 5-6 ਪਿੰਡ ਪਾਣੀ ਪੀਂਦੀ ਉੱਥੋਂ ਅੱਛਾ ਹਾਂ ਇੱਥੋਂ ਜਿੱਕਰੇ ਸੁਪਾ ਉੱਥੋਂ ਲੂਣਾ ਵੀ ਇੱਥੇ ਆਵੜਾ ਅੱਛਾ ਬੈਰਿਆਂ ਦਾ ਵੀ ਇੱਥੇ ਆਵੜਾ ਉਹ ਕਿਹਦਾ ਖੂਹ ਹੀ ਉਹ ਪਿਛਲੇ ਜ਼ਮਾਨੇ ਦਾ ਨਹੀਂ ਇੱਕ ਹੁੰਦਾ ਨਾ ਇੱਕ ਨਾਂ ਹੁੰਦਾ ਇੱਕ ਅੱਲ ਹੁੰਦੀ ਹੈ ਇੱਕ ਫਲਾਣੇ ਦਾ ਖੂਹ ਨਹੀਂ ਨਹੀਂ ਉਹਨੂੰ ਸ਼ਟਾਲਾ ਦਾ ਖੂਹ ਆ ਗਈ ਸ਼ਟਾਲਿਆਂ ਦਾ ਖੂਹ ਇਹ ਪੁੱਛਣਾ ਚਾਹ ਰਿਹਾ ਅੱਛਾ ਅੱਛਾ ਤੇ ਪਿੰਡ 'ਚ ਬਾਗ ਵੀ ਆ ਸੀ ਕੋਈ ਬਾਗ ਹਾਂਜੀ ਬਾਗ ਕੋਈ ਬਾਗ ਨਹੀਂ ਬਿਰਲੇ ਅੰਬ ਮੈਂ ਲਾਇਆ ਆਪਣੀ ਪੈਲੀ ਚੈ ਲਾ ਰਿਹਾ ਨਹੀਂ ਨਹੀਂ ਆਪਣੇ ਆਪਣੇ ਬੂਟੇ ਲਾਏ ਹਾਂ ਆਪਣੇ ਆਪ ਉਹ ਹੈ ਠੀਕ ਹੋ ਗਿਆ ਤੇ ਪਿੰਡ 'ਚ ਕੋਈ ਸਕੂਲ ਹੈ ਸੀ ਪਿੰਡ 'ਚ ਪਿੰਡ ਹੈਗਾ ਸਕੂਲ ਅੱਛਾ ਤੁਹਾਨੂੰ ਮੌਕਾ ਮਿਲਿਆ ਜਾਣ ਦਾ ਸਕੂਲੇ ਹਾਂਜੀ ਤੁਸੀਂ ਕਦੇ ਗਏ ਹੋ ਸਕੂਲ ਥੋੜਾ ਨਹੀਂ ਮੈਂ ਨਹੀਂ ਬਿਲਕੁਲ ਨਹੀਂ ਗਏ ਨਾ ਤੇ ਮਸੀਤਾਂ ਕਿੰਨੀਆਂ ਹਾਂ ਪਿੰਡ 'ਚ ਮਸੀਤ ਸਾਡੇ ਦੋ ਮਸੀਤਾਂ ਇੱਕ ਪੱਕੀ ਤੇ ਇੱਕ ਕੱਚੀ ਇੱਕ ਮਸੀਤ ਪੱਕੀ ਸੀ ਇੱਕ ਕੱਚੀ ਸੀ ਤੇ ਕੋਈ ਮੌਲਵੀ ਸਾਹਿਬ ਦਾ ਨਾਂ ਯਾਦ ਹੈ ਯਾਦ ਹੈ ਕੀ ਨਾਂ ਸੀ ਮੌਲਵੀ ਸਾਹਿਬ ਮੁਹੰਮਦ ਸ਼ਾਹ ਮੁਹੰਮਦ ਸ਼ਾਹ ਸਾਹਿਬ ਅੱਛਾ ਤੇ ਦੂਸਰੀ ਮਸੀਤੇ ਕੌਣ ਸੀ ਉਹ ਉਸ ਵੇਲੇ ਉਹ ਕੱਚੀ ਸੀ ਛੋਟੀ ਉਹ ਕੱਚੀ ਕੋਈ ਵੇਲੇ ਕਿਹੜੇ ਲੰਮਾ ਇਹ ਬੜਾ ਲੰਮਾ ਦੂਰ ਕੋਈ ਘਰ ਸੁਗੜ ਕੋ ਮੀਂਹ ਪੈਦਾ ਸੀ ਕਿਹੜੀ ਤਸੀਲ ਲੱਗਦੀ ਸੀ ਇਹਨੂੰ ਸਾਂਬਾ ਸਾਂਬਾ ਤੇ ਜ਼ਿਲ੍ਹਾ ਜ਼ਿਲ੍ਹਾ ਜੰਮੂ ਜ਼ਿਲ੍ਹਾ ਜੰਮੂ ਸੀ ਅੱਛਾ ਤੇ ਪੀਣ ਵਾਸਤੇ ਵੀ ਪਾਣੀ ਤੁਸੀਂ ਇੱਕੋ ਖੂਹ ਤੋਂ ਵੀ ਸਵਾ ਕਦਰੇ ਨਾ ਸਾਰੇ ਪਿੰਡ ਸਾਰਾ ਪਿੰਡ ਹੀ ਜਿੱਦਾਂ ਦੱਸਿਆ ਅੱਛਾ ਨਹਾਉਣ ਵਾਸਤੇ ਵੀ ਪੀਣ ਵਾਸਤੇ ਬਿਲਕੁਲ ਉੱਥੇ ਹੀ ਇਸਤੇਮਾਲ ਕਰਨਾ ਬਿਲਕੁਲ ਤੇ ਡੰਗਰਾਂ ਵਾਸਤੇ ਡੰਗਰਾਂ ਵਾਸਤੇ ਹਾਂ ਉਹ ਤਲਾਬ ਸੀ ਅੱਛਾ ਤਲਾਬ ਵੀ ਸੀ ਹਾਂ ਕਿੰਨੇ ਛੱਪੜ ਹਨ ਪਿੰਡ 'ਚ ਛੱਪੜਾ ਪਿੰਡ ਉੱਥੋਂ ਡੰਗਰਾਂ ਨੂੰ ਪਾਣੀ ਪਾਉਣ ਜਾਂਦਾ ਈ ਜੁੜ ਜਾਂਦੇ ਈ ਜੁੜ ਕੇ ਸੁਖਵਾ ਅੱਛਾ ਉਸਦਾ ਨਾਂ ਬਲੌਰੀ ਬਲੌਰੀ ਹਾਂ ਇੱਕ ਲਾਗੇ ਸਾਡੇ ਪਿੰਡ 'ਚ ਉਸਦਾ ਨਾਂ ਹੈਗਾ ਝੀਰਾ ਤਲਾਬ ਝੀਰਾ ਤਲਾਬ ਹਾਂ ਬਰਤਾਓ ਰਹਿਣ ਸਹਿਣ ਅੱਛਾ ਸੀ ਬੜਾ ਚੰਗਾ ਸਿੰਘ ਸਿੱਖ ਸਨ
ਸਿੱਖ ਦੇ ਝੀਲ ਕਹੋ ਵੱਖਰੀ ਸਿੱਖ ਵੱਖਰੀ ਸਿੱਖਾਂ ਦਾ ਪਿੰਡ ਨਾਲ ਹੈ ਸਾਡੇ ਪੰਗਾਵਰ ਉਹ ਸਿੱਖ ਸੀ ਇਹ ਝੀਲ ਅੱਛਾ ਉਹ ਸਿੱਖ ਸੀ ਇਹ ਝੀਲ ਜੀ ਪਿੰਡ ਪਿੰਡ ਦਾ ਕੀ ਨਾਮ ਦੱਸਿਆ ਜੀ ਪੰਗਾਵਰ ਪੰਗਾਵਰ ਹਾਂ ਜੀਵ ਵੀ ਇੱਥੇ ਕੋਈ ਦੁੱਖ ਅੱਛੇ ਨਹੀਂ ਕੋਈ ਫਾਇਦਾ ਅੱਛਾ ਸਾਰੇ ਪਿੰਡ ਤੁਸੀਂ ਦੇਖੇ ਜਾ ਰਹੇ ਸਭ ਤੇ ਕਿੰਨੇ ਕੁ ਦਾਇਰੇ ਹਨ ਪਿੰਡ 'ਚ ਹਾਂਜੀ ਦਾਇਰੇ ਕਿੰਨੇ ਹਨ ਪਿੰਡ 'ਚ ਦਾਇਰਾ ਹੁੰਦਾ ਨਹੀਂ ਪਿੰਡ 'ਚ ਦਾਇਰਾ ਨਹੀਂ ਉਹ ਨਹੀਂ ਸਾਡੇ ਕੋਈ ਬੋਰਡ ਵੱਡਾ ਦਰਖਤ ਕੋਈ ਬੋਰਡ ਦਾ ਉਹ ਭਾਈ ਬਥੇਰੇ ਬਥੇਰੇ ਹਨ ਵੱਡੀਆਂ ਪੁਰਾਣੀਆਂ ਬੋਲਾਂ ਕੋਈ ਨਹੀਂ ਹੈ ਉਹ ਬਾਬਲੀ ਉੱਪਰ ਸੀ ਇੱਕ ਵੱਡੀ ਬੋਰ ਬਾਬਲੀ ਉੱਪਰ ਬਾਬਲੀ ਸੀ ਉੱਤੇ 60 ਪੌੜੀਆਂ ਸੀ 60 ਪੌੜੀਆਂ ਹਨ ਆ ਜੇ ਅੱਗੇ ਫਿਰ ਖੂਹ ਤੋਂ ਖੂਹ ਚੋਂ ਬਾਜੀ ਕੱਢ ਕੇ ਪੌੜੀਆਂ ਰਾਹ ਜਾਂਦਾ ਉਹ ਕੋਈ ਟੇਕਰੀ ਹੋ ਗਈ ਨਾ ਜਿਹਨੂੰ ਬਾਬਲੀ ਕਹਿੰਦੇ ਪਰ ਤੁਸੀਂ ਬੜੀ ਦੇਖਣ ਸੁਣਦਾ ਜੀ ਬਾਬਲੀ ਖੜੇ ਕਿਹੜੇ ਜਮਾਨੇ ਦੀ ਅੱਛਾ ਸੋਏ ਨੂੰ ਉੱਥੋਂ ਵੀ ਬਾਜੀ ਬੁਲਾ ਰਹਾ ਇੱਕ ਕੋਈ ਚੰਗਾ ਹੀ ਉੱਥੇ ਪੱਥਰ ਦੀ ਚੱਠ ਹੁੰਦੀ ਦੁਨੀਆਂ 'ਚ ਪਾਣੀ ਪਰਚਿਆ ਡੰਗਰਾਂ ਪੀ ਜਾਂਦਾ ਜਿਹਨੇ ਕਿ ਬੋਲੀ ਤੁਹਾਡੇ ਪਿੰਡ ਵਿੱਚ ਹੀ ਉਸ ਟਾਈਮ ਹੈ ਨਹੀਂ ਉਹ ਮਨੋਰ ਵਿੱਚ ਮਨੋਰ ਵਿੱਚ ਸੀ ਅੱਛਾ ਵੱਡੀ ਬਹੁਤ ਕਰਦੇ ਜਮਾਨੀ ਠੀਕ ਹੈ ਠੀਕ ਹੋ ਗਿਆ ਅੱਛਾ ਸਾਨੂੰ ਦੱਸੋ ਜ਼ਰਾ ਕਿ ਉਸ ਟਾਈਮ ਤੁਹਾਨੂੰ ਕੀ ਯਾਦ ਹੈ ਕਿ ਇੱਕ ਕਿੱਲੇ 'ਚੋਂ ਕਿੰਨੀ ਕੁ ਕਣਕ ਨਿਕਲਾਉਂਦੀ ਉਸ ਵੇਲੇ ਕਣਕ ਥੋੜ੍ਹੀ ਥੋੜ੍ਹੀ ਹੁੰਦੀ ਸੀ ਦੇਸੀ ਕਣਕ ਹੁੰਦੀ ਹਾਂ ਖਾਦ ਖੂਦ ਦਾ ਨਾਂ ਨਹੀਂ ਸੀ ਸਿਰਫ ਹੈ ਸੁੱਟੇ ਡੰਗਰ ਬਚਾ ਹੁੰਦਾ ਰੰਗ ਕਿਸਾਂ ਦੇ ਹਨ ਇੱਕ ਢੱਗਾ ਸੀ ਕਾਲੇ ਰੰਗ ਦਾ ਅੱਛਾ ਕਾਲੇ ਰੰਗ ਦਾ ਢੱਗਾ ਇੱਕ ਢੱਗਾ ਕੋਈ ਲੀਲਾ ਚੰਗਾ ਮੋਟਾ ਦੋ ਜੋਗਾਂ ਦੇ ਇੱਕ ਅੰਦਰ ਪਾਉਂਦਾ ਸੀ ਵੱਡੇ ਭਾਈ ਪਿੰਡ ਪਹਾੜ ਹੈ ਅੱਛਾ ਇਹ ਵੱਡਾ ਭਾਈ ਤੁਸੀਂ ਜਾਣਦੇ ਹੋ ਜਾਣ ਇਸ ਤੋਂ ਪਹਾੜ ਪਿੰਡ ਉੱਥੇ ਗਾਲਿਆਂ ਵਿੱਚ 60 ਕਮਾਂ ਚੌਦਾਂ ਲੱਗਦੇ ਤੇ 10 ਸਾਲ ਚੱਲਦੀ 47 ਤੋਂ ਪਹਿਲੇ ਆਹੋ ਸਰਦਾਰ ਜੋ ਪਹਿਲਾਂ ਦੀ ਗੱਲ ਹੈ ਤੇ ਉੱਥੇ ਝੋਂਦਾ ਲਾਣਾ 60 ਕਿੱਲੇ ਦਾ ਪਾਣੀ ਕਿੱਥੋਂ ਪੂਰਾ ਕਰ ਲੈਂਦਾ ਉੱਥੋਂ ਦਰਿਆ ਲੱਗਦਾ ਉੱਥੋਂ ਕੂਲ ਕਰਕੇ ਪਾਣੀ ਖੜਦਾ ਅੱਛਾ ਅੱਛਾ ਠੀਕ ਹੈ ਜੇ ਅਸੀਂ ਸ਼ੁਰੂ ਲਾਣਾ ਹੋ ਜਾਣਾ ਫਿਰ ਸਾਨੂੰ ਬੜਾ ਝੋਨਾ ਆਉਂਦਾ ਅੱਛਾ 70 ਮਾਣ 60 65 ਮਾਣ 80 ਮਾਣ 90 ਮਾਣ ਅੱਛਾ ਉਹ ਕੱਚੀਆਂ ਮਾਣਾਂ ਦਾ ਹਿਸਾਬ ਹੁੰਦਾ ਅੱਠਾਂ ਵੱਟੀਆਂ ਦਾ ਮਾਣ ਆਖ ਕੇ ਅੱਛਾ ਅੱਠਾਂ ਵੱਟੀਆਂ ਦਾ ਮਾਣ ਹੁੰਦਾ ਹਾਂ ਠੀਕ ਹੋ ਅਤੇ ਉਹ ਵੀ ਫਿਰ ਵੀ ਜਿਹੜੀ ਬਾਸਮਤੀ ਲਾਣੀ ਉਹ ਅਸੀਂ ਉੱਥੇ ਵੇਚਵਾ ਕਰ ਠੀਕ ਹੈ ਦਰਸ਼ਨ ਲਾ ਬਣ ਗਿਆ ਉਹ ਬੰਦੇ ਕੋਈ ਲੁਹਾੜੇ ਰਹਿੰਦੇ ਨਾ ਕੋਈ ਟਿੱਬੇ ਨਾ ਅਤੇ ਕੋਈ ਲਵੇ ਅੱਛਾ ਅਤੇ ਸਾਨੂੰ ਦੱਸੋ ਜ਼ਰਾ ਕਿ ਉਸ ਵਕਤ ਵਿੱਚ ਆਪਣਾ ਜਿਹੜਾ ਅਨਾਜ ਵਗੈਰਾ ਸੀ ਜ਼ਮੀਨ ਦੀ ਜਿਹੜੀ ਤੁਸੀਂ ਤੁਹਾਨੂੰ ਫਸਲ ਹੁੰਦੀ ਸੀ ਹਾਂ ਉਹ ਕਿਹੜੇ ਸ਼ਹਿਰ 'ਚ ਪੇਸ਼ ਕਰਦੇ ਰਹੇ ਹੋ ਕਿਸੇ ਵੀ ਨਹੀਂ ਘਰ ਹੀ ਉੱਥੇ ਵੇਖੀ ਜਾਂਦੀ ਰਹੀ ਹੈ ਕਿਸੇ ਨੂੰ ਲੋੜ ਪੈ ਗਈ ਵੀ ਅਸੀਂ ਦਾਣੇ ਮੁੱਕੇ ਨਾ ਇਹਦੀ ਫਸਲ ਨਹੀਂ ਹੁੰਦੀ ਅੱਛਾ ਇਹ ਨਹੀਂ ਹੁੰਦੀ ਕਿ ਵੇਚਣ ਵਾਲੀ ਹੈ ਹਾਂ ਕਿਸੇ ਦੀ ਹੁੰਦੀ ਫਿਰ ਉਹ ਵੀ ਕਿਸੇ ਚੰਦ ਵਾਲੀ ਸਾਂਬਾ ਸ਼ਹਿਰ ਦੇਖਿਆ ਤੁਸੀਂ ਬੜਾ ਸੋਹਣਾ ਜਿੱਠਾ ਅੱਛਾ ਕਿਸ ਤਰ੍ਹਾਂ ਸ਼ਹਿਰ ਹੈ ਸਾਂਬਾ ਬਹੁਤ ਸੋਹਣਾ ਸ਼ਹਿਰ ਹੈ ਬੜਾ ਸੋਹਣਾ ਸ਼ਹਿਰ ਹੈ ਬੜਾ ਸੋਹਣਾ ਉਸ ਦੇ ਨਾਲ ਇੱਕ ਤਲਾਅ ਹੈ ਉਸ ਨੂੰ ਆਉਂਦੇ ਮੰਗਿਆਲ ਤਲਾਅ ਮੰਡਿਆਲ ਵਾਲਾ ਤਲਾਅ ਮੰਗਿਆਲ ਅੱਛਾ ਬੜਾ ਖੁੱਲ੍ਹਾ ਤਲਾਅ ਸਾਂਬੇ ਦੇ ਨਾਲ ਸਾਂਬੇ ਦੇ ਨਾਲ ਪਹਾੜੀ ਤੇ ਸਾਂਬਾ ਹਾਂਜੀ ਸਾਂਬਾ ਪਹਾੜੀ ਤੇ ਨਾ ਨਾ ਪੱਧੇ ਹੀ ਜਗ੍ਹਾ ਥੱਲੇ ਆਏ ਨੇ ਪੱਧਰੀ ਜਗ੍ਹਾ ਤੇ ਪਹਾੜੀ ਪਹਾੜਾ ਮੈਂ ਸੁਣਿਆ ਕਿਹੜਾ ਬਸੈਂਤਰ ਹੈ ਉਹ ਨਾਲ ਵੀ ਜਾਂਦਾ ਜਿਹੜਾ ਬਸੈਂਤਰ ਆਪਣੇ ਜੀ ਸਾਡੇ ਵਾਲਾ ਇਹ ਦੇਖਾ ਜਿਹੜੇ ਜੰਗੂ ਚੱਕੋ ਗਿਆ ਜੀ 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 ਇਸ ਵਿੱਚ ਚੜ੍ਹਦੇ ਆ ਸਾਂਬਾ ਨਿੱਕੇ ਬਸੈਂਤਾ ਜਿਹੜਾ ਉਹ ਸਾਂਬੇ ਤੋਂ ਲੈਂਦੇ ਲੈਂਦੇ ਆ ਲੈਂਦੇ ਵਾਂਗ ਦਾ ਸਾਂਬਾ ਚੜ੍ਹਦੇ ਆ ਤੇ ਕਦੇ ਮੌਕਾ ਮਿਲਿਆ ਜੰਮੂ ਸ਼ਹਿਰ ਦੇਖਣ ਦਾ ਨਹੀਂ ਮਿਲਿਆ ਨਹੀਂ ਜੰਮੂ ਉਸ ਵਕਤ ਸਾਂਬੇ ਕਾਹਦੇ ਤੇ ਜਾਂਦੇ ਰਹੇ ਨੇ ਤੁਹਾਡੇ ਪਿੰਡੋਂ ਇਹ ਲੋਕ ਜਾਂਦੇ ਕੱਪੜਾ ਉੱਥੇ ਦਾ ਮਸ਼ਹੂਰ ਸੀ ਅੱਛਾ ਇਹ ਬਜਾਜੀ ਨੇ ਜਿਹੜੀ ਇਹ ਸਾਂਬੇ ਜਿਹਦਾ ਸ਼ਾਦੀ ਦਾ ਲੀੜਾ ਕੱਪੜਾ ਹੀ ਸਾਰਾ ਉੱਥੋਂ ਖਰੀਦਦੇ ਰਹੇ ਸਭ ਉੱਥੋਂ ਲਿਆ ਠੀਕ ਹੈ ਤੇ ਪਿੰਡ 'ਚ ਦੁਕਾਨ ਹੈ ਨਹੀਂ ਕੋਈ ਵੀ ਨਹੀਂ ਨਹੀਂ ਕੋਈ ਦੁਕਾਨ ਨਹੀਂ ਤੇ ਜਿਹੜਾ ਰੋਜ਼ ਕੋ ਚੀਜ਼ਾਂ ਇਸਤੇਮਾਲ ਹੁੰਦੀਆਂ ਨੇ ਉਹ ਲਿਆਵਣੀ ਕੋਈ ਜਾ ਕੇ ਦੁਕਾਨ ਤੋਂ ਉੱਥੋਂ ਸਾਂਬੇ ਲੈ ਕੰਦੇ ਨੇ ਸਾਂਬੇ ਲੈ ਦੇਖਿਆ ਪਹਿਲੀ ਕੋਈ ਪਾਲੇ ਉਹ ਮਾੜੀ ਮੁੱਠੀ ਦੁਕਾਨ ਹੁੰਦੀ ਨਾ ਉਹ ਕਿਹਨੇ ਪਾਈ ਦੀ ਕੋਈ ਜੂਦੋ ਕੀ ਪਾਲੇ ਮੁਸਲਮਾਨ ਕੋਈ ਨਹੀਂ ਖਾਂਦਾ ਤੇ ਜਿਸ ਅੱਜ ਕੱਲ੍ਹ ਅਸੀਂ ਮਾਚਸ ਨਾਲ ਅੱਗ ਬਾਲਦੇ ਤੁਸੀਂ ਕੱਲ੍ਹ ਨਾਲ ਬਾਲਦੇ ਰਹੇ ਹੋ ਉਹ ਵੀ ਕਿਸੇ ਚੰਦ ਬਲਦੇ ਨੂੰ ਪਤਾ ਕੀ ਕਰਦੇ ਹੋ ਫਿਰ ਹਾਂ ਟਰਬੇ ਬਲ ਕਰਦਾ ਹੀ ਸਿਆਹੀ ਇਕੱਠੀ ਅੱਛਾ ਇੱਕ ਬੱਟਾ ਦੇ ਲੈ ਤੇ ਉਹ ਲੋਕ ਦਾਤਰੀ ਮਾਰਦੇ ਦਾਤਰੀ ਦਾਤਰੀ ਉਹ ਚਿੰਜਾਲਾ ਪੈ ਜਾਣਾ ਉਹ ਸਵਾਹ ਪਰ ਅੱਛਾ ਉਸਦੀ ਅੱਗ ਬਣ ਜਾਣੀ ਉਹਦੀ ਅੱਗ ਬਣਾ ਲੈਣੀ
अगर ਤੁਹਾਨੂੰ ਅਸੀਂ ਹੁਣ ਦਾਤਰੀ ਦਈਏ ਜਾਂ ਪੱਥਰ ਦਈਏ ਤੇ ਉਹ ਬਣਾ ਲਓ ਤੁਸੀਂ ਅੱਗ ਲਾ ਲਓ ਜੀ ਇਹ ਕੋਈ ਕਿੱਥੇ ਬੰਦੀ ਹੋ ਰਹਾ ਹੁਣ ਨਹੀਂ ਬਲਦੇ ਸਹੀ ਹੈ ਉਹ ਮੁਹਾਵਰਾ ਨਹੀਂ ਨਾ ਜੀ ਆਹ ਉਹ ਤਜਰਬਾ ਹੀ ਖਤਮ ਹੋ ਗਿਆ ਇਹਨਾਂ ਜਾਂ ਜੀ ਖਤਮ ਹੋ ਗਿਆ ਠੀਕ ਹੋ ਗਿਆ ਅੱਛਾ ਉਹ ਤੁਹਾਡੇ ਪਿੰਡ ਵਿੱਚ ਕਿਸੇ ਬੰਦੇ ਕੋਲ ਸਾਈਕਲ ਆਹੀ ਉਹ ਕੋਈ ਸਾਈਕਲ ਸਾਈਕਲ ਨਹੀਂ ਟੋਕਾ ਮਸ਼ੀਨ ਕਿਹਨੇ ਨੇ ਲਾਈ ਦੀ ਟੋਕਾ ਉਸ ਵੇਲੇ ਗੱਲ ਸਾਡਾ ਰਿਸ਼ਤੇਦਾਰ ਸਾਡਾ ਫੁੱਫੜ ਲੱਗਦਾ गड्डे के नेहन पिंड च हां जी गड्डे के नेहन गड्डा कोई नहीं था कोई गड्डा नहीं ऊंट ऊंट रखे थे ऊंट पर ए कितने ऊंट रखे थे लोगों ने बेवा हां जी हर घर च रखे गए थे हां आप क्या की शरीर की गल है ठीक है बेलने के नेहन हां बेलने बेलने जेड़े कमान लाने के ना हां उठे उला बेलना ला रहे जो साडे पिंड असि खल जेड़ी जगह ना कमान लाए तो सेंटर टप के फिर उठे फिर से जा तब सेंटर टप के फिर जाके बेच दे पिंड का नाम है टांज ਟਾਂਡਾ ਅੱਛਾ 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 ਟਾਂਡਾ ਠੀਕ ਹੈ ਤੇ ਉਦੋਂ ਕਿਹੜੇ ਪੈਸੇ ਚੱਲਦੇ ਰਹੇ ਨੇ ਇਹ ਛੋਟੇ ਗਲੀਆਂ ਦੇ ਵਿੱਚ ਢੇਲਾ ਵੀ ਹੈਗਾ ਵੱਡਾ ਪੈਸਾ ਹੈਗਾ ਪਰ ਅੱਛਾ ਇਹ ਪੈਸੇ ਚੱਲਦੇ ਪਿੰਡ ਦੇ ਦੁਆਲੇ ਦੁਆਲੇ ਕੋਈ ਮੇਲਾ ਹੁੰਦਾ ਸੀ ਸਾਡੇ ਵਿਚਾਰ ਲੱਗੇ ਕੋਈ ਮੇਲਾ ਨਹੀਂ ਇੱਥੇ ਵਿਆਹ ਹੋਣਾ ਇੱਥੇ ਆਉਂਦੇ ਰਹੇ ਵਿਆਹ ਅੱਛਾ ਪਹਿਲੇ ਵੀ ਆਉਂਦੇ ਰਹੇ ਇੱਥੇ ਹਾਂ ਤੇ ਜਾਂ ਫਿਰ ਮੰਦਰ ਆ ਉੱਥੇ ਵਿਸਾਖੀ ਹੋਣੀ ਨਾ ਜਿਸ ਦਿਨ ਹਾਂ ਭਾਂਗੜੇ ਜਾਣੇ ਕੋਈ ਸਭ ਵੀ ਨਹੀਂ ਸੁਣੇ ਨਹੀਂ ਜਾਂਦੀ ਭਾਂਗੜਾ ਫਿਰ ਬੜੀ ਸਦਵਾਲ ਤੱਕ ਭਾਂਗੜੀ ਜਾਣੇ ਅੱਛਾ ਪੂਰੀ ਰਿਆਸ ਦੇ ਭਾਂਗੜੇ ਉੱਥੇ ਆ ਅੱਛਾ ਇਕੱਠੇ ਹੋ ਕੇ ਜਿੱਥੇ ਉੱਥੇ ਆਣੇ ਹਾਂ ਉਹ ਵਿਸਾਖੀ ਵਾਲੇ ਵਿਸਾਖੀ ਵਾਲੇ ਉਹ ਕਿੰਨੇ ਕੁ ਵਾਰ ਤੁਸੀਂ ਦੇਖੀ ਦਾ ਉਹ ਕੁਝ ਲੈ ਜਾ ਕੇ ਜਿੱਥੇ ਜੇ ਲੈ ਤੇ ਬਾਬੇ ਚਾਵਲ ਵਾਲਾ ਦਰਬਾਰ ਦੇਖਿਆ ਜੇ ਅੱਲਾ ਘਬਾਇਆ ਮੈਂ ਨਹੀਂ ਦੇਖਿਆ ਅੱਛਾ ਉਹ ਤੇ ਮੇਲਾ ਵੀ ਨਹੀਂ ਦੇਖਿਆ ਪਹਿਲੇ ਤੇ ਬਾਬਾ ਚਾਵਲ ਆ ਜੀ ਜੀ ਨਹੀਂ ਨਹੀਂ ਹੋਏ ਨਾਨਕੇ ਤੁਹਾਡੇ ਕਿੱਥੇ ਹਨ ਨਾਨਕੇ ਮੇਰੇ ਕਹਿੰਦਾ ਇਹ ਸਾਂਬਲੀ ਸਿਆ ਸਾਂਬੇ ਇਹ ਨਾਲੀਆ ਇਹ ਤੁਗਲਪੁਰ ਪਿੰਡ ਹੈ ਨਾ ਇਹ ਚੱਤਰ ਹੈ ਤੁਗਲਪੁਰ ਤੁਗਲਪੁਰ ਦੇ ਨਾਲ ਹੀ ਸਾਂਬਲੀ ਚੱਤਰ ਹਾਂ ਹਾਂ ਇਹ ਇੱਧਰ ਵਾਲੀ ਸਾਈਡ ਤੇ ਜਾਂ ਉੱਧਰ ਪਰਲੇ ਪਾਸੇ ਆ ਜਿਹੜਾ ਸਿਆ ਹੈ ਨਾ ਉਹ ਹੈ ਗੱਲ ਹੈ ਵੀ ਰਿਆਸ ਵਿੱਚ ਇਹ ਬਾਰਡਰ ਦੇ ਨਾਲ ਸਿਆ ਉਹ ਹਰੀ ਪਿੰਡ ਬਾਰਡਰ ਦਾ ਹਾਂ ਉਧਰ ਉਧਰੋਂ ਇੰਡੀਆ ਵਾਲੀ ਸਾਈਡ ਤੋਂ ਹਾਂ ਉਹ ਇੰਡੀਆ ਸਾਈਡ ਕਸ਼ਮੀਰ ਵਾਲੀ ਸਾਈਡ ਹਾਂ ਤੇ ਜਿਹੜੀ ਸਾਂਬਲੀ ਹੈ ਨਾ ਉਹ ਪਾਕਿਸਤਾਨ ਸਾਂਬਲੀ ਪਾਕਿਸਤਾਨ ਚ ਹਾਂ ਤੇ ਸਿਆਲ ਜਿਹੜਾ ਉਹ ਇੰਡੀਆ ਕਸ਼ਮੀਰ ਵਾਲੀ ਸਾਈਡ ਤੇ ਹਾਂ ਅੱਛਾ ਜ਼ਬਰਦਸਤ ਤੇ ਉਹਦੇ ਨਾਲ ਬਾਕੀ ਕਿਹੜੇ ਕਿਹੜੇ ਪਿੰਡ ਨੇ ਸਿਆਲ ਦੇ ਸਿਆਲ ਦਾ ਜੀ ਜੀ ਪਰਲੇ ਪਾਸੇ ਖੁਆੜਾ ਇੱਕ ਪਿੰਡ ਦਾ ਖੁਆੜਾ ਅੱਛਾ ਤਰੇ ਚ ਚਵਾਰ ਅੱਛਾ ਫੇਰ ਇੱਕ ਚਿਲਿਆੜੀ ਲੱਗੀ ਇਹ ਪਿੰਡ ਤੇ ਉਸ ਵਕਤ ਕਿਹੜੀਆਂ ਖੇਡਾਂ ਖੇਡਦੇ ਰਹੇ ਹੋ ਪਹਿਲੇ ਬੱਚਿਆਂ ਚ ਖੇਡੂ ਖੇਡਦੇ ਰਹੇ ਅਸੀਂ ਉਹ ਕੀ ਹੁੰਦਾ ਰਹਿ ਉਹ ਇੰਨਾ ਜਿਹੜੇ ਨਿਆਰੇ ਉਹ ਦੇਖਦੇ ਨੇ ਖਿੱਦੂ ਦੇ ਉੱਪਰ ਆ ਗਏ ਤੇ ਖੇਡਦੇ ਰਹੇ ਖਿੱਦੂ ਨਾਲ ਖੇਡਦੇ ਰਹੇ ਤੇ ਜਿਸ ਤਰ੍ਹਾਂ ਪੁਰਾਣੇ ਵਕਤ ਚ ਜੇ ਰਿਵਾਜ ਸੀ ਕਿ ਛੋਟਾ ਬੱਚਾ ਹੁੰਦਾ ਸੀ ਅਟਕ ਤੇ ਉਹਨੂੰ ਤੁਰਨ ਵਾਸਤੇ ਰੇੜਾ ਬਣਾ ਦਿੰਦੇ ਰਹੇ ਇਹ ਕੋਈ ਕੀ ਹੈ ਦੁਆਰ ਕੋਲ ਕੋਈ ਰੇੜਾ ਨਹੀਂ ਬਣਾ ਦਿੱਤਾ ਕੋਈ ਨਹੀਂ ਇਹ ਇੱਥੇ ਹੀ ਚੱਲੇ ਰਹੇ ਅੱਛਾ ਅੱਛਾ ਠੀਕ ਹੈ ਤੇ ਰਿਆਸ ਵਿੱਚ ਪਹਿਲਾ ਮੇਲਾ ਹੈ ਪਹਿਲੇ ਮੇਲੇ ਦੁਨੀਆ ਦੇ ਬੰਦੇ ਨੂੰ ਬੰਦਾ ਦੇਖ ਲੱਭ ਸਕਦਾ ਨੰਬਰਦਾਰ ਕੋਣ ਹੀ ਪਿੰਡ ਦਾ ਸਾਡੇ ਪਿੰਡ ਦਾ ਜੀ ਜੀ ਮੰਗ ਤੁਸੀਂ ਤੁਸੀਂ ਉਹ ਬਿੰਦੂ ਸੀ ਤੇ ਹੋਰ ਕਿੰਨੇ ਘਰ ਹਨ ਹਿੰਦੂਆਂ ਦੇ ਪਿੰਡ ਕਿਆ ਘਰ ਕਿਸ ਦਾ ਨਾਮ ਲਵੋ ਜਿਹੜੇ ਉਹ ਨਾ ਲੰਬੜੀ ਦੂ ਜੀ ਜੀ ਮੰਗਤੂ ਹੋ ਗਿਆ ਇੱਕ ਦਾ ਨਾਮ ਮੰਗਤੂ ਤੇਲੂ ਤੇਲੀ ਠੀਕ ਹੈ ਤੇ ਰਸਾਲੋ ਰਸਾਲੋ ਪੂਰੀ ਪੂਰੀ ਕੰਮਾ ਕੰਮਾ ਤੇ ਦਿੱਤੂ ਦਿੱਤੂ ਇਹ ਭਰਾ ਯਾ ਇਹ ਭਰਾ ਕਾਇ ਹੋਰ ਕੋਈ ਨਾ ਤੂੰ ਹਟ ਕੇ ਲੰਬੜਦਾਰਾ ਤੂੰ ਹਟ ਕੇ ਹੋਰ ਕਿੰਨੇ ਘਰ ਹਨ ਗੈਰ ਮੁਸਲਮਾਨ ਦੇ ਹੈ ਨਹੀਂ ਮੁਸਲਮਾਨ ਗੈਰ ਮੁਸਲਮਾਨ ਦੇ ਜਿਹੜੇ ਹਨ ਕਿਸੇ ਦੇ ਕਾਇ ਕਿਸੇ ਦਾ ਉਹ ਵੀ ਨਾ ਲਵੋ ਕਿਸੇ ਦਾ ਕੋਈ ਤੁਹਾਡੇ ਨਾਲ ਜਿਹੜੇ ਇਕੱਠੇ ਤੁਹਾਡੇ ਹਮ ਉਮਰ ਹਨ ਤਿੰਨ ਚਾਰ ਦੇ ਰਿਹੋ ਇਕੱਠਿਆਂ ਮੇਲੇ ਦੇਖਦੇ ਰਿਹੋ ਇਕੱਠਿਆਂ ਉਹ ਕੋਈ ਗੈਰ ਮੁਸਲਮਾਨ ਜਿਹੜੇ ਬੱਚੇ ਉੱਧਰ ਹੀ ਰਹਿ ਗਏ ਸਨ ਇੱਧਰ ਨਹੀਂ ਸਨ ਆਏ ਉਹਨਾਂ ਦੇ ਕਿਸੇ ਦਾ ਨਾਮ ਲਵੋ ਸਰਦਾਰ ਸਰਦਾਰ ਢੋਡੀ ਢੋਡੀ ਕਰਤਾਰ ਕਰਤਾਰ ਐਸੋ ਐਸੋ ਜ਼ਿਆਦਾ ਹੋ ਗਏ ਨੇ ਜਦੋਂ ਤੁਸੀਂ ਉੱਥੋਂ ਇੱਧਰ ਆਏ ਹੋ ਫਿਰ ਹਾਂ ਹਾਂ ਤੁਹਾਨੂੰ ਕਿਸਾ ਪਤਾ ਚੱਲਾ ਸੀ ਕਿ ਪਾਕਿਸਤਾਨ ਬਣ ਗਿਆ ਕਿ ਇੰਡੀਆ ਬਣ ਗਿਆ ਤੁਸੀਂ ਉੱਥੇ ਤੁਰ ਜਾਣਾ
उस वेले लोग आखिरे साढ़िया पड़ताल जरा ना उस वेले गल सू घरों क्या ना देखो देखो देखी असी रही एक पिंड रही हाँ अच्छा उत्थे साडा किट हो गया दूजा कोई 10,000 का होया इकट्ठा 10,000 इकट्ठा हो गया जी उसे फिर उतो असी आ गए टेंडर टेंडर नु आप ट्रैक पर हो गया ठीक है ठीक है फिर आ गए इक्की दूजा देखो 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 देखी फिर आ गए तो पिंड च कोई कट वट नहीं होई ये बचा गया शुक्र अल्लाह का सीधे डॉक्टर थे अच्छा ते ਉਥੋਂ ਲੈ ਕੇ ਤੇ ਇੱਥੋਂ ਤੱਕ ਇਸ ਪਿੰਡ ਤੱਕ ਪਹੁੰਚਣ ਦਾ ਇਹ ਕਿੰਨੀ ਦੇਰ ਦਾ ਸਾਰਾ ਵਾਕਿਆ ਸੀ ਕਿੰਨੀ ਦੇਰ ਤੁਸੀਂ ਇੱਥੇ ਪਹੁੰਚੇ ਹੋ ਕਿੰਨਾ ਟਾਈਮ ਲੱਗਾ ਇੱਥੇ ਉੱਥੋਂ ਲੈ ਕੇ ਤੇ ਕਿੱਥੇ ਕਿੱਥੇ ਫਿਰ ਤੁਸੀਂ ਰੁਕਦੇ ਆ ਕੇ ਇੱਥੇ ਪਹੁੰਚੇ ਹੋ ਨਹੀਂ ਅਸੀਂ ਫਿਰ ਬੜੀ ਸਾਰੀ ਰੁਕੇ ਹਾਂ ਟੰਡਰ ਪਹੁੰਚੇ ਟੰਡਰ ਪਹੁੰਚੇ ਫਿਰ ਅਸੀਂ ਇੱਥੇ ਨਗਵਾਲ ਆ ਗਏ ਨਗਵਾਲ ਆ ਗਏ ਨਗਵਾਲੋਂ ਫਿਰ ਨਿਕਲ ਗਏ ਫਿਰ ਚਲੇ ਗਏ ਦਰਮਾਨ ਦਰਮਾਨ ਆ ਗਏ ਦਰਮਾਨੋਂ ਫਿਰ ਵਾਪਸੀ ਹੋ ਗਈ ਹਾਂ ਫਿਰ ਮੁੜ ਕੇ ਨਗਵਾਲ ਰਾਤ ਕੱਟੀ ਫਿਰ ਨਗਵਾਲ ਆ ਗਏ ਹਾਂ ਅੱਛਾ ਉੱਥੋਂ ਫਿਰ ਮੁੜ ਕੇ ਉਸ ਜੱਥਾ ਪਿਆ ਗਿਆ ਤੇ ਟੰਡਰ ਟੰਡਰ ਤੇ ਫਿਰ ਅਸੀਂ ਜਤਵਾਲ ਹੀ ਚਲੇ ਗਏ ਫਿਰ ਜਤਵਾਲ ਚਲਾ ਫਿਰ ਜਤਵਾਲ ਜਤਵਾਲ ਤੋਂ ਫਿਰ ਅਸੀਂ ਇੱਥੇ ਆ ਗਏ ਇੱਥੇ ਆ ਗਏ ਤੇ ਇਹ ਕਿੰਨੇ ਦਿਨ ਲੱਗੇ ਹਨ ਤਕਰੀਬਨ ਸਾਰੇ ਇੱਥੇ ਪਹੁੰਚ ਤੱਕ ਸਾਰੇ ਜੀ ਮਾਲ ਵੇਖਿਆ ਕਿ ਇੱਥੇ ਆ ਗਏ ਨਹੀਂ ਇੱਕੋ ਦਿਨ ਤੇ ਸਾਰੇ ਪਿੰਡ ਫਿਰ ਆਏ ਹੁੰਦੇ ਨਹੀਂ ਨਹੀਂ ਇਹ ਮੈਂ ਪੁੱਛ ਰਿਹਾ ਕਿੰਨੇ ਦਿਨ ਲੱਗੇ ਇੱਥੇ ਆਉਣ ਤੱਕ ਦੇਖੋ ਨਾ ਕੋਈ ਸ਼ੋਰ ਆ ਤਾਂ ਇੱਥੇ ਕਿਤੇ ਨਗਵਾਲ ਫਿਰ ਇੱਕ ਦੋ ਰਾਤ ਇੱਕ ਦਰਬਾਰ ਕੱਟੀ ਤੁਹਾਡਾ ਕਹਿੰਦਾ ਮਤਲਬ ਹੈ ਕਿ ਹਫ਼ਤਾ ਖੰਡ ਲੱਗ ਗਿਆ ਸੀ ਇੱਥੇ ਪਹੁੰਚਣ ਤੱਕ ਹਾਂ ਠੀਕ ਹੋ ਗਿਆ ਅਤੇ ਇੱਥੇ ਆ ਕੇ ਫਿਰ ਕਿੰਨੀ ਕੁ ਜ਼ਮੀਨ ਲਾਟ ਹੋਈ ਕੋਈ 12 ਕਿੱਲੇ 12 ਕਿੱਲੇ ਅੱਛਾ ਅਤੇ ਚਾਚੂ ਉਹ ਵਕਤ ਚੰਗਾ ਸੀ ਕਿਆ ਚੰਗਾ ਜਿਹੜਾ ਉਹ ਵਕਤ ਹੈ ਨਾ ਉਸ ਕੰਮ 'ਚ ਬਰਕਤ ਹੈ ਠੀਕ ਹੈ ਦੁਨੀਆਂ 'ਚ ਮਾਨ ਹੈ ਹੁਣ ਜਿੰਨਾ ਦਾਣਾ ਪੱਕਾ ਸਭ ਕੁਝ ਖੁਦਾ ਦੇ ਕਿਸੇ ਚੀਜ਼ ਦੀ ਕਮੀ ਨਹੀਂ ਕਹਾਣੀ ਕੋਈ ਨਹੀਂ ਹੈ ਅੱਛਾ ਹੁਣ ਜਿੰਨੇ ਦਾਣੇ ਅਸੀਂ ਗੱਲ ਮਸ਼ੀਨਾਂ ਲੈ ਜਾਂਦੇ ਜਦੋਂ ਕਣਕ ਦਾਣੇ ਹੈ ਇੰਨੇ ਦਾਣੇ ਹੁੰਦੇ ਨੇ ਉਸ ਵਕਤ ਦਾਣੇ ਕਾਹਤੇ ਪੀਂਦੇ ਰਹੇ ਹੋ ਚੱਕੀ ਘਰ ਹੱਥ ਦੇ ਹਾਂ ਅੱਛਾ ਖਰਾਸ ਵਗੈਰਾ ਕੋਈ ਨਹੀਂ ਪਿੰਡ 'ਚ ਕਿਸੇ ਪਿੰਡ 'ਚ ਤੁਹਾਡੇ ਪਿੰਡਾਂ ਨਹੀਂ ਤੇ ਕਾਲਾ ਇੰਜਣ ਵੀ ਕਿਸੇ ਨੇ ਕੋਈ ਇੰਜਣ ਪਤਾ ਕਿਸੇ ਵੀ ਕੋਈ ਠੀਕ ਹੋ ਗਿਆ ਤੇ ਤੁਹਾਡੀ ਫਿਰ ਸ਼ਾਦੀ ਕਦੋਂ ਹੋਈ ਸ਼ਾਦੀ ਇੱਥੇ ਆ ਗਈ ਅੱਛਾ ਉਹ ਕਿਹੜੇ ਪਿੰਡ ਬੈਲੇ ਕੋਈ ਯਾਦ ਹੈ ਕਿੰਨੀ ਕੁ ਬਰਾਤ ਗਈ ਸੀ ਤੁਹਾਡੀ ਬੰਦੀ ਕੋ 50 ਹੈ 50-60 ਹੈ ਤੇ ਸਾਰੇ ਰਿਕ ਵਾਪਸ ਆ ਗਏ ਹੋ ਰਾਤ ਰਹੇ ਹੋ ਨਹੀਂ ਨਹੀਂ ਰਿਆਸ ਜਾਂਦੀ ਰਾਤ ਵੀ ਜਾਂਦੀ ਰਾਤ ਵੀ ਰਹਿਣਾ ਤੇ ਵੱਡੇ ਵੀ ਜਿੱਥੇ ਆਉਂਦੇ ਇੱਥੇ ਫਿਰ ਇਹ ਰੇਟ ਕਰਦੇ ਆ ਵੀ ਦਿਨੀ ਦੇਣੀ ਜਾਈ ਜਾਏ ਤੇ ਦੇਣੀ ਸ਼ਾਮ ਨੂੰ ਵਾਪਸ ਤੇ ਕੋਈ ਤੁਹਾਨੂੰ ਯਾਦ ਹੈ ਉੱਥੇ ਜਦੋਂ ਤੁਸੀਂ ਗਏ ਹੋ ਤੁਹਾਡੀ ਬਰਾਤ ਨੂੰ ਕੀ ਖਿਲਾਇਆ ਸੀ ਉਹਨਾਂ ਨੇ ਕਿਹਦਾ ਉੱਥੇ ਜਦੋਂ ਤੁਹਾਡੀ ਬਰਾਤ ਨੇ ਕਿਹੜੀ ਰੋਟੀ ਕੀ ਖਿਲਾਇਆ ਜੀ ਜੀ ਸਾਨੂੰ ਖਿਲਾਇਆ ਦਹੀਂ ਅੱਛਾ ਤੇ ਸ਼ੱਕਰ ਸ਼ੱਕਰ ਤੇ ਚਾਵਲ ਚਾਵਲ ਉਸ ਵਕਤ ਇੱਦਾਂ ਚਾਵਲ ਹੁੰਦੇ ਹਨ ਨਹੀਂ ਬੋਲੇ ਲੈ ਲੈ ਬੋਲੇ ਲੈ ਲੈ ਅੱਛਾ ਠੀਕ ਹੋ ਗਿਆ ਤੇ ਬਰਾਤ ਤੁਹਾਡੀ ਫਿਰ ਪੈਦਲ ਹੀ ਗਈ ਸੀ ਨਾ ਤੁਹਾਡੀ ਫਿਰ ਬੋਡੀ ਸੀ ਉਹ ਵਾਪਸ ਫਿਰ ਕਾਹ ਤੇ ਆਈ ਉਹ ਫਿਰ ਪਾਲਕੀ ਹੁੰਦੀ ਹੈ ਪਾਲਕੀ ਉਸੇ ਚ ਪਾ ਦੇ ਫਿਰ 4 ਬੰਦੇ ਚੁੱਕੇ ਜਿਹੜੀ ਕੰਬੀ ਹੈ ਦੇ ਇਹਨੇ ਚੁੱਕੇ ਲਿਆ ਉਹਾਰ ਹੁੰਦੇ ਰਹੇ ਨੇ ਕਾਰ ਆ ਕੇ ਅੱਛਾ ਚਾਚੂ ਅਸੀਂ ਸਾਨੂੰ ਬੜਾ ਮਜ਼ਾ ਆਇਆ ਤੁਹਾਡੇ ਨਾਲ ਗੱਪਸ਼ਪ ਲਾ ਕੇ ਸਾਨੂੰ ਤੁਸੀਂ ਉਹ ਗੱਲਾਂ ਦੱਸੀਆਂ ਜਿਹੜਾ ਸਾਨੂੰ ਨਹੀਂ ਸੀ ਪਤਾ ਅਸੀਂ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਦੇ ਹਾਂ ਕਿ ਅੱਲਾਹ ਪਾਕ ਨੇ ਇਸ ਉਮਰ ਦੇ ਵਿੱਚ ਵੀ ਤੁਹਾਨੂੰ ਸਿਹਤਮੰਦ ਰੱਖੇ ਦਾ ਤੇ ਜਾਂਦਿਆਂ ਜਾਂਦਿਆਂ ਤੁਹਾਡੇ ਜਿਹੜੇ ਪੁਰਾਣੇ ਪਿੰਡ ਨੇ ਜਿੱਥੋਂ ਤੁਸੀਂ ਉੱਠ ਕੇ ਆਏ ਦੇ ਹੋ ਸਾਡੀ ਆ ਅਗਰ ਵੀਡੀਓ ਕੋਈ ਦੇਖੇ ਉਸ ਪਿੰਡ ਚੋਂ ਹਾਂਜੀ ਤੁਹਾਡੀ ਆ ਗੱਲਬਾਤ ਅਗਰ ਕੋਈ ਸੁਣੇ ਉੱਥੋਂ ਉਹ ਆਲੇ ਦੁਆਲੇ ਦੇ ਪਿੰਡ ਦਾ ਸੁਣੇ ਕੋਈ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਜਿਹੜੇ ਉਹ ਗੈਰ ਮੁਸਲਮਾਨ ਦੇ ਤੁਹਾਡੇ ਬੱਚੇ ਤੁਹਾਡੇ ਲੰਗੋਟੀ ਹਨ ਉਹਨਾਂ ਦੀ ਔਲਾਦ ਤੋਂ ਸੁਣੇ ਤੇ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਹਾਜ਼ਰ ਬਸ ਆਪਣੇ ਪਿੰਡਾਂ ਦੇ ਸਾਹਮਣੇ ਜ਼ਬਰਦਸਤ ਚਾਚੂ ਬਹੁਤ ਸ਼ੁਕਰੀਆ ਮਿਹਰਬਾਨੀ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੇ